स्वागत है किसान वीरो तुहाडा यूट्यूब चैनल सिदक डेयरी फार्मिंग दे विच। किसान वीरो अज जिहड़ी वीडियो बना रहे हैं पिंड बाउडे इहनू जिहड़ा दोस्तों जिला पैंदा है वह मोगा तहसील निहाल सिंह वाला नेड़े दोस्तों पिंड दे जिहड़ा एक पासे बदनी भी रह जांदा है दूजे पासे जिहड़ा बिलासपुर आ जांदा दोस्तों वह भी इदों अगे पिंड आउंदा मेन रोड ते है। सो मेन रोड ते है मोगे तो बरनाले वाले ते ते नाल ही पिंड नंगल है। इत्थे दोस्तों बाई ने व्यापार का काम शुरू किया है। व्यापार लाइन चो दो गावां अज पहली वीडियो बनाउन लगे, हालांकि पहला वीडियो बनाई है क्योंकि बाई दा आपदा फार्म भी सी। व्यापार चो ये दो गावां ते एक ये झोटा दोस्तों इन्हां दे घर दा है। ये तिन आ गया, तिन्ने तुहानूं दिखावांगे डिटेल बाई तो पुछदे हां। वीडियो नूं एंड तक देखो, जिहड़े वीर नूं कोई पशु पसंद आऊगा इत्थे आ के देख के आपदी तसली नाल तुसीं खरीद सकदे हो। पहला वीडियो दोस्तों इस झोटे तो शुरू करदे हां, उदू बाद च दो गावां तुहानूं दिखावांगे। ਬਾਈ ਸਤਿ ਸ਼੍ਰੀ ਅਕਾਲ। ਨਾਮ ਦੱਸੀ ਵੀਰ? ਨਾਮ ਸੁਖਦਰਸ਼ਨ ਸਿੰਘ ਜੀ। ਸੁਖਦਰਸ਼ਨ ਸਿੰਘ, ਹਾਂਜੀ, ਪਿੰਡ ਬੋਡੇ। ਠੀਕ ਹੈ, ਠੀਕ ਹੈ ਬਾਈ। ਵਪਾਰ ਦਾ ਕੰਮ ਫਿਰ ਸੋਚ ਲਿਆ ਕਰਨ ਦਾ? ਹਾਂਜੀ, ਪਹਿਲਾਂ ਤਾਂ ਵੈਸੇ ਗਾਵਾਂ ਹੀ ਰੱਖਦੇ ਸੀ। ਪਹਿਲਾਂ ਗਾਈਆਂ? ਹਾਂਜੀ। ਹੁਣ ਕਿੰਨੀਆਂ ਕੁ ਰੱਖੀਆਂ ਵੈਸੇ? ਹੁਣ ਗਾਈਆਂ ਹੈਗੀਆਂ 8-9 ਹੈਗੀਆਂ ਜੀ। 8-9 ਹੈਗੀਆਂ, ਠੀਕ ਹੈ। ਇਹ ਝੋਟਾ ਆਪਣੇ ਘਰ ਦਾ ਬਾਈ? ਝੋਟਾ ਘਰ ਦਾ ਜੀ। ਕਿੰਨੀ ਕੁ ਉਮਰ ਹੈ ਇਹਦੀ? 4 ਸਾਲ ਉਮਰ ਹੋ ਗਈ ਹੋ ਜੀ। 4 ਸਾਲ ਦੀ? ਹਾਂਜੀ, ਠੀਕ ਹੈ। ਤੇ ਇਹ ਕਿੰਨੇ ਕੁ ਦੁੱਧ ਵਾਲੀ ਮੱਝ ਦਾ ਬੱਚਾ? ਇਹ 14 ਲੀਟਰ ਵਾਲੀ। ਠੀਕ ਹੈ, ਤੇ ਮੱਝ ਕੋਲੇ ਹੈਗੀ ਸਾਡੀ? ਮੱਝ ਹੈਗੀ। ਹਾਂਜੀ, ਤੇ ਪਿਓ ਇਹਦਾ ਕਿਹੜਾ ਪਲਾ? ਆਏ ਨਹੀਂ ਪਤਾ ਜੀ, ਉਹ ਸਾਨੂੰ ਹੋਇਆ। ਠੀਕ ਹੈ, ਉਹ ਤਾਂ ਨਹੀਂ ਪਤਾ। ਕੀ ਰੇਟ ਰੱਖਿਆ? ਰੇਟ ਇਹਦਾ 55,000 ਰੁਪਏ। ਠੀਕ ਹੈ, ਲੈ ਚੱਲ ਬਾਈ ਉਧਰ ਨੂੰ। ਦੋਸਤੋ ਸਿੰਘ ਤੁਹਾਨੂੰ ਦਿਖਾਣਾ, ਰੋਕੀ ਮੜਾ ਦੋਸਤੋ ਮੱਥੇ ਤੇ ਉਸ ਤਰ੍ਹਾਂ ਬਾਈ ਨੇ ਲਾਤਾ ਸੀਗਾ, ਉਹਦੇ ਕਰਕੇ ਤੁਹਾਨੂੰ ਇਹ ਕੋਨਾ ਜਿਹਾ ਲੱਗੂਗਾ। ਵਾਲ ਕਾਲੇ ਆ ਬਿਲਕੁਲ, ਬਾਕੀ ਸਿੰਘ ਸੋਹਣਾ ਹੈ। ਜੋ ਡਿਟੇਲ ਆ ਦੋਸਤੋ ਤੁਸੀਂ ਸੋਹਣੀ ਲਈ ਹੈ, ਬਾਈ ਨੇ ਬਿਲਕੁਲ ਸਹੀ ਦੱਸੀ ਹੈ। 14 ਕਿਲੋ ਵਾਲੀ ਮੱਝ ਆ, ਹਜੇ ਵੀ ਘਰੇ ਹੈਗੀ ਹੈ, ਪਿਓ ਦਾ ਇਹਦੇ ਦਾ ਪਤਾ ਨਹੀਂ ਗਾ ਕੋਈ। ਲੈ ਚੱਲ ਬਾਈ, 55,000 ਡਿਮਾਂਡ ਆ ਦੋਸਤੋ। ਕੱਦ ਕਾਠ ਤੁਹਾਡੇ ਸਾਹਮਣੇ ਆ ਜਿੱਡਾ ਕਿਹਨੇ ਕੀਤਾ, ਟੈਸਟੀਕਲ ਸਾਫ਼ ਹੈ ਬਿਲਕੁਲ। ਪਸ਼ੂ ਲਾਉਂਦਾ ਜੀ? ਪਸ਼ੂ ਜਿਹੜੇ ਮੱਝਾਂ ਕ੍ਰੋਸ ਕਰਦਾ, ਪੂਛ 'ਚ ਹੇਠੋਂ 2-4 ਵਾਲ ਵਾਈਟ ਹੋਣਗੇ, ਬਾਕੀ ਜੋ ਇਹਦਾ ਸਟਰਕਚਰ ਹੈ ਜੋ ਇਹਦੀ ਬਣਤਰ ਆ ਉਹ ਤੁਹਾਡੇ ਸਾਹਮਣੇ ਹੈ। ਸੋ ਜਿਹੜੇ ਵੀਰ ਨੂੰ ਇਹ ਝੋਟਾ ਪਸੰਦ ਆਵੇ ਤੁਸੀਂ ਖਰੀਦ ਸਕਦੇ ਹੋ। ਇਹ ਅੰਦਰ ਹੁਣ ਬੰਨ ਦੂਗਾ ਬਾਈ, ਅਤੇ ਆਪਾਂ ਤੁਹਾਨੂੰ ਦੋਸਤੋ ਗਾਵਾਂ ਦਿਖਾ ਦਿਆਂਗੇ। ਇੱਕ ਚੀਜ਼ ਹੋਰ ਇੱਥੇ ਵੀ ਤੁਹਾਨੂੰ ਦਿਖਾਉਣੀ ਹੈ, ਇਸ ਵੀਰ ਨੂੰ ਵੀ ਬਾਗਬਾਨੀ ਦਾ ਸ਼ੌਂਕ ਹੈ ਦੋਸਤੋ। ਕਿੰਨਾ ਕੁ ਜਗ੍ਹਾ ਕਿੰਨੀ ਕੁ ਜਚਦੀ ਹੈ ਉਹ ਤੁਹਾਨੂੰ ਦਿਖਾ ਦਿੰਦਾ, ਤਾਂ ਕਿ ਜਿਹਨਾਂ ਕੋਲ ਜਗ੍ਹਾ ਹੈਗੀ ਆ ਤੁਸੀਂ ਵੀ ਸ਼ੌਂਕ ਰੱਖੋ ਇੱਦਾਂ ਦਾ, ਤਾਂ ਕਿ ਤੁਹਾਡਾ ਦਿਲ ਲੱਗੇ ਜਦੋਂ ਤੁਸੀਂ ਆਪਦੇ ਘਰ ਦੇ ਵਿੱਚ ਹੋਵੋਗੇ। ਇਹ ਦਰਖਤ ਦੋਸਤੋ ਸਾਰੇ ਘਰ ਦੇ ਆਲੇ ਦੁਆਲੇ ਲਾਏ ਆ, ਅੱਜ ਦੇ ਟਾਈਮ ਦੀ ਜ਼ਰੂਰਤ ਹੈ, ਲੋੜ ਆ ਸਾਨੂੰ ਇਹ ਦਰਖਤ ਵੱਧ ਤੋਂ ਵੱਧ ਲਾਉਣ ਦੀ। ਅਤੇ ਬਾਕੀ ਫੁੱਲਾਂ ਵਾਲੇ ਬੂਟੇ ਜਿਹੜੇ ਆ ਘਰ ਦੀ ਸ਼ਾਨ ਵੀ ਵਧਾਉਂਦੇ ਆ, ਇਨਸਾਨ ਦਾ ਜੀਵ ਵੀ ਵਧੀਆ ਤਰੀਕੇ ਨਾਲ ਲੱਗਦਾ। ਸੋ ਦੋਸਤੋ ਆਹ ਗਾਵਾਂ ਦੋ ਬਾਈ ਨੇ ਵੇਚਣੀਆਂ, ਇਹਨਾਂ ਬਾਰੇ ਇਨਫੋਰਮੇਸ਼ਨ ਲੈ ਲੈਂਦੇ ਹਾਂ, ਇਹ ਵੀ ਤੁਹਾਨੂੰ ਤੋਰ ਕੇ ਦਿਖਾ ਦਿਆਂਗੇ। ਬਾਈ ਜਿਹੜੀ ਇਹ ਪਹਿਲੇ ਨੰਬਰ ਤੇ ਗਾਂ? ਹਾਂਜੀ। ਇਹਦਾ ਸੂਆ ਕਿੰਨਵਾਂ? ਇਹ ਪਹਿਲਾ ਜੀ। ਪਹਿਲਾ ਸੂਆ? ਹਾਂਜੀ। ਦੰਦੋ ਕਿਵੇਂ ਵੀ ਰਹੇ? ਇਹ ਦੰਦੋ ਚੌਕੀ ਜਾਂ ਛਿੱਗੀ ਹੋਊ ਜੀ, ਦੇਖਿਆ ਨਹੀਂ ਹੋਊਗਾ। ਠੀਕ ਹੈ, ਹਾਂਜੀ। ਕਿੰਨਾ ਚਿਰ ਰਹਿੰਦਾ ਸੂਣ ਚ? 5 ਤਰੀਕ ਨੂੰ ਦਿਨ ਪੂਰਿਆ ਜੀ। 5 ਤਰੀਕ ਨੂੰ? ਹਾਂਜੀ, ਮਤਲਬ ਹਜੇ ਲਗਭਗ ਜੇ ਆਪਾਂ ਮੰਨੀਏ ਤਾਂ 11-12 ਦਿਨਾਂ ਰਹਿੰਦੀ ਹੈ। ਹਾਂਜੀ, ਠੀਕ ਹੈ। ਕੀ ਰੇਟ ਰੱਖਿਆ ਬਈ? 42,000 ਰੁਪਏ ਜੀ। 42,000? ਹਾਂਜੀ, ਠੀਕ ਹੈ। ਤੋਰ ਕੇ ਦਿਖਾਉਣੀ ਹੈ ਵੀਰ ਆਪਾਂ ਦੋਸਤੋ। 42,000 ਡਿਮਾਂਡ ਹੈ, ਪਹਿਲਾ ਸੂਆ ਸੂਗੀ, ਕ੍ਰੋਸ ਬਰੀਡ ਹੈ, ਐਚ ਐਫ ਨਾਲ ਕ੍ਰੋਸ ਹੈ, 11-12 ਦਿਨਾਂ ਦੀ ਕੱਚੀ ਹੈ, ਹਜੇ ਟਾਈਮ ਪਿਆ ਹੈ। ਬਾਕੀ ਮੈਂ ਪਹਿਲਾਂ ਹੀ ਦੱਸਤਾ ਸੀ ਵੀਰ ਨੇ ਵਪਾਰ ਦਾ ਕੰਮ ਸ਼ੁਰੂ ਕੀਤਾ, ਖਰੀਦ ਕੇ ਲਿਆਂਦੀਆਂ, ਇਹਨਾਂ ਦੇ ਵਿੱਚੋਂ ਜਿਹੜਾ ਜਾਇਜ਼ ਪ੍ਰੋਫਿਟ ਵੀਰ ਨੇ ਲੈਣਾ। ਜਿਹੜੇ ਵੀਰ ਨੂੰ ਗਾਂ ਪਸੰਦ ਆਊਗੀ, ਬਹੁਤ ਸੋਹਣਾ ਥਣ ਕੱਢਣਾ ਦੱਸੋ, ਇਹਨੇ ਵੱਡਾ ਥਣ ਰੱਖੂਗੀ। ਹਵਾਨਾ ਵੀ 12 ਦਿਨਾਂ ਦੀ ਕੱਚੀ ਹੈ, ਹਜੇ ਚੰਗਾ ਬਣਾ ਜੂਗਾ, ਕਮਾਲਾ ਪਹਿਲੇ ਆ, ਚੰਗਾ ਕੱਦ ਕਾਠ ਹੈ, ਪਹਿਲਾ ਸੂਆ ਵੈੜ ਹੈ, ਦੰਦੋਂ 4 ਜਾਂ 6 ਦੰਦ ਹੋ ਸਕਦੀ ਹੈ, ਬਾਕੀ ਦੰਦ ਵੇਖੇ ਨਹੀਂ ਗੇ। ਜਿਹੜਾ ਵੀਰ ਖਰੀਦਣ ਆਊਗਾ, ਜੇ ਉਹਨੂੰ ਲੋੜ ਲੱਗਦੀ ਹੈ ਦੰਦ ਦੇਖਣ ਦੀ ਤਾਂ ਦੇਖ ਸਕਦਾ। 42,000 ਡਿਮਾਂਡ ਹੈ, ਮੌਕੇ 'ਤੇ ਕੋਸੇ ਦੇ 'ਚੋਂ ਰੇਟ ਜਿਹੜਾ ਤੁਹਾਡਾ ਮਾਨਤਾਨ ਹੋ ਜੂਗਾ, ਕੁਛ ਘੱਟ ਜੂਗਾ ਰੇਟ। ਇੱਕ ਇੱਧਰ ਦੋਸਤੋ ਐਚ ਐਫ ਵਾਲੇ ਪੱਖ ਦੀ ਗਾਂ, ਹਾਲਾਂਕਿ ਥੋੜ੍ਹਾ ਜਿਹਾ ਮੂੰਹ ਵਾਲੇ ਪਾਸਿਓਂ ਵੀ ਕ੍ਰੋਸ ਲੱਗਦੀ ਹੈ ਬਈ। ਇਹ 2 ਨੰਬਰ 'ਤੇ ਜਿਹੜੀ ਗਾਂ, ਇਹਦਾ ਸੂਆ? ਇਹ ਪਹਿਲਾ ਜੀ? ਪਹਿਲਾ ਹੀ ਇਹਦਾ? ਹਾਂਜੀ। ਇਹ ਦੰਦੋਂ ਕਿਵੇਂ? ਇਹ ਦੁੱਗੀ ਹੈ ਜੀ। 2 ਦੰਦ? ਹਾਂਜੀ। ਇਹਦਾ ਕਿੰਨਾ ਚਿਰ ਰਹਿੰਦਾ ਬਈ? ਇਹਦਾ 5 ਤਰੀਕ ਨੂੰ ਦਿਨ ਪੂਰੇ ਜੀ। ਠੀਕ ਹੈ, ਉਹੀ 11-12 ਦਿਨ ਇਹਦੇ ਰਹਿੰਦੇ। ਇਹਦਾ ਰੇਟ ਕੀ ਰੱਖਿਆ? ਇਹਦਾ 55,000 ਰੁਪਏ। 55,000? ਠੀਕ ਹੈ, ਤੋਰ ਦੇ ਵੀਰੇ ਨੂੰ ਦੋਸਤੋ। 55,000 ਇਹਦੀ ਡਿਮਾਂਡ ਹੈ, ਸੋਹਣੀ ਵੱਛੀ ਹੈ, ਟਾਈਮ ਹਜੇ ਇਹਦੇ ਵੀ 11-12 ਦਿਨ ਪਏ ਆ, ਕੱਚੀ ਹੈ ਹਜੇ। ਸੋ ਹਵਾਨਾ ਵੱਡਾ ਬਣਾ ਜੂਗੀ ਇਹ ਵੀ, ਬਾਕੀ 2 ਦੰਦ ਆ, ਹਜੇ ਉਮਰ ਵੀ ਛੋਟੀ ਜੀ ਹੈ। ਬਾ ਮੋੜ ਲਾ ਬਈ, ਥੋੜ੍ਹਾ ਜਿਹਾ ਚਿਹਰੇ ਵਾਲੇ ਪਾਸਿਓਂ ਕ੍ਰੋਸ ਲੱਗਦੀ ਹੈ, ਵੈਸੇ ਜ਼ਿਆਦਾ ਐਚ ਐਫ ਹੈ। ਸੋ ਇਹ ਗਾਂ ਦੋਸਤੋ, ਪਹਿਲਾ ਸੂਆ ਹੀ ਇਹਨੇ ਸੂਣਾ, 2 ਦੰਦ ਹੈ, ਸੋਹਣੇ ਥਣ ਹੈ, ਹਵਾਨੇ 'ਚ ਢਿੱਲ ਬਹੁਤ ਆ, ਉੱਤੋਂ ਮਾਸ ਹੀ ਦੱਸਦਾ, ਬਾਕੀ ਹਜੇ ਟਾਈਮ ਇਹਨੇ ਲੈ ਜਾਣਾ। ਸੋ ਦੋਸਤੋ ਇਹ 2 ਨਗ ਸੀਗੇ ਬਾਈ ਕੋਲ ਜਿਹੜੇ ਵਿਕਾਊ ਹੈ। ਕੋਈ ਵੀ ਪਸ਼ੂ ਇਹਨਾਂ 'ਚੋਂ ਤੁਹਾਡੇ ਪਸੰਦ ਆਉਂਦਾ, ਇੱਥੇ ਆ ਕੇ ਦੇਖ ਸਕਦੇ ਹੋ। ਦੇਖ ਕੇ ਦੋਸਤੋ ਤਸੱਲੀ ਤੁਸੀਂ ਕਰਕੇ ਆਪਦੀ
फिर इतों पशु खरीद सकते हो। बई ने व्यापार का काम शुरू किया, आने वाले टाइम च होर भी गावं बई को आनगियां, वीडियो भी बनावांगे। बाकी फिर भी जे कोई नग थोड़े होर थोनू लोड़ हो बई ना कॉन्टैक्ट कर सकते हो। धन्यवाद दोस्तों वीडियो देखने लिए।